रुपये बचाने जो आप कैनेडा दे विच आ गए ते की हिसाब आ इथों दा लोकां दा ते ओ पैसे थोड़े किवें जाने ने ते तुसीं ओ पैसे नूं किवें बचाउणा ए एंड तक थोनू यह वीडियो से सारा कुछ पता लग जूगा। मैं सारा कुछ दसूंगा भी की हिसाब किताब आ, जुड़े रहो वीडियो दे नाल। हाँ जी, मैं जिवें थोनू दस्या सी भी थोड़ा आपां 20 तों 25 लख किवें बचाउणा आपां कनेडा दे विच आ के, ਉਹ ਐਵੇਂ ਬਚਾਉਣਾ ਵੀ ਇੱਥੇ ਜਿਹੜਾ LMI ਸਿਸਟਮ ਆ, ਉਹ LMI ਸਿਸਟਮ ਜਿਵੇਂ ਮੰਨ ਲਓ ਵੀ ਜਿਹੜੇ ਪਲੱਸ ਟੂ ਵਾਲੇ ਬੱਚੇ ਆਉਂਦੇ ਆ ਨਾ, ਉਹਨਾਂ ਨੂੰ ਇੱਥੇ ਲੋਕ ਆਪਣੇ ਪੰਜਾਬੀ ਆ ਜਿਹੜੇ ਬਹੁਤ ਜ਼ਿਆਦਾ ਏਜੰਟ ਬਣੇ ਬੈਠੇ ਨੇ ਉਰੇ, ਉਹ ਫਸਾ ਲੈਂਦੇ ਨੇ। ਉਹ ਕਿਵੇਂ ਫਸਾ ਲੈਂਦੇ ਨੇ ਵੀ ਤੁਹਾਨੂੰ ਅਸੀਂ ਉਰੇ LMI ਕਿਸੇ ਇੰਪਲਾਇਰ ਤੋਂ ਦਵਾ ਦਿੰਦੇ ਹਾਂ, ਤੁਸੀਂ 40 ਤੋਂ 50 ਹਜ਼ਾਰ ਡਾਲਰ ਸਾਨੂੰ LMI ਦਾ ਦਿਓ। ਪਰ ਉਹਦੇ ਨਾਲੋਂ ਈਜ਼ੀ ਕੀ ਆ, ਜੇ ਤੁਸੀਂ ਅੰਟਾਰੀਓ ਜਾਂ BC ਦੇ ਵਿੱਚ ਆ ਕੇ ਬੈਠ ਗਏ ਹੋ ਅਤੇ ਤੁਹਾਡੀ ਪਲੱਸ ਟੂ ਕਰੀ ਹੋਈ ਆ, ਤੁਹਾਨੂੰ ਉੱਥੋਂ ਮੂਵ ਕਰਨਾ ਪੈਣਾ, ਕਿਉਂਕਿ ਜੇ ਤੁਸੀਂ ਉੱਥੇ ਬੈਠੇ ਰਹੇ ਤਾਂ ਤੁਸੀਂ ਕਿਸੇ ਨੂੰ ਪੈਸੇ ਦਿਓਗੇ, ਨਾਲੇ ਆਪਦਾ ਇੰਡੀਆ ਦਾ 20 ਤੋਂ 25 ਲੱਖ ਰੁਪਈਆ ਖਰਾਬ ਕਰੋਗੇ। ਇਸ ਕਰਕੇ ਮੈਂ ਜਿਹੜੀ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਸੀਂ ਕੀ ਕਰੋ, ਤੁਸੀਂ ਮੂਵ ਕਰਨਾ ਕਿਹੜੇ ਕਿਹੜੇ ਪ੍ਰੋਵਿੰਸਾਂ ਦੇ ਵਿੱਚ, ਅਲੱਗ ਅਲੱਗ ਪ੍ਰੋਵਿੰਸ ਨੇ ਜਿਵੇਂ ਆਪਣੇ ਅਟਲਾਂਟਿਕ ਪ੍ਰੋਵਿੰਸ ਆ ਗਏ ਹੈ ਨਾ, ਉਹਨਾਂ ਦੇ ਵਿੱਚ ਜਾ ਕੇ ਮੂਵ ਕਰੋ। ਉੱਥੇ ਤੁਹਾਨੂੰ ਇਹ LMI ਦੇ 20 ਤੋਂ 25 ਲੱਖ ਰੁਪਈਆ ਨਹੀਂ ਦੇਣਾ ਪਊਗਾ ਇੰਡੀਆ ਦਾ, ਜੋ ਕਿ ਤੁਸੀਂ ਮਸਾਂ ਜੋੜਿਆ ਹੁੰਦਾ ਕੰਮ ਕਰ ਕਰਕੇ, ਹੈ ਨਾ। ਅਤੇ ਜਿਹੜੀ ਗੱਲ ਆ, ਤੁਸੀਂ ਇੱਥੇ ਉਹਨਾਂ ਨੂੰ ਪੈਸੇ ਦਿੰਦੇ ਹੋ, ਉਹਦੇ ਨਾਲ ਤੁਸੀਂ ਉੱਥੇ ਮੂਵ ਕਰੋ ਤਾਂ ਤੁਹਾਡਾ ਉਹਦੇ ਨਾਲ ਘੱਟ ਖਰਚਾ ਹੋਊਗਾ, ਹੈ ਨਾ। ਜਿਹੜਾ ਆਪਾਂ ਨੂੰ ਉਹ ਬਾਅਦ 'ਚ ਕੰਮ 'ਤੇ ਲਵਾ ਕੇ ਤੁਹਾਡੇ ਨਾਲ, ਉਹ ਬਾਅਦ 'ਚ ਤੁਹਾਡੇ ਨਾਲ ਧੱਕਾ ਕਰਦੇ ਨੇ। ਧੱਕਾ ਕਿਵੇਂ ਕਰਦੇ ਨੇ, ਇਨ ਦਾ ਸੈਂਸ ਵੀ ਉਹਨਾਂ ਨੇ ਤੁਹਾਨੂੰ ਕੰਮ 'ਤੇ ਕੌਲਾਂ ਇਹੋ ਜਿਹੀਆਂ ਕਰਨੀਆਂ, ਇਹੋ ਜਿਹੇ ਟਾਈਮ ਤੁਹਾਨੂੰ ਤੰਗ ਕਰਨਾ ਵੀ ਤੁਸੀਂ ਹੁਣ ਕੰਮ 'ਤੇ ਆਓ, ਜਦੀ ਕੰਮ 'ਤੇ ਆਓ, ਹੈ ਨਾ। ਫਿਰ ਉਹ ਤੁਹਾਡੇ ਨਾਲ ਵਧੀਆ ਵਰਤਾਵ ਵੀ ਨਹੀਂ ਕਰਦੇ, ਫਿਰ ਤੁਹਾਡੇ ਪੈਸੇ ਫਸੇ ਹੁੰਦੇ ਆ, ਅਤੇ ਤੁਸੀਂ ਫਿਰ PR ਕਰਕੇ ਉੱਥੇ ਕੰਮ ਕਰੀ ਜਾਂਦੇ ਹੋ, ਅਤੇ ਉਹ ਤੁਹਾਡੀ ਜ਼ਿੰਦਗੀ ਥੋੜ੍ਹੀ ਜਿਹੀ ਖਰਾਬ ਵਾਂਗੂ ਹੀ ਹੋ ਜਾਂਦੀ ਹੈ, ਹੈ ਨਾ। ਇਸ ਕਰਕੇ ਕੋਸ਼ਿਸ਼ ਕਰੋ ਵੀ ਜਿਹੜੀ LMI ਤੁਸੀਂ ਲੈਣੀ ਆ, ਉਹ ਉਹਨਾਂ ਤੋਂ ਨਾ ਲੈ ਕੇ ਆਪਦੀ ਮਿਹਨਤ ਕਰਕੇ ਕਿਸੇ ਪ੍ਰੋਵਿੰਸ ਦੇ ਵਿੱਚ, ਜਿਵੇਂ ਕਿ ਅਲਬਰਟਾ ਵਰਗੇ ਰੂਰਲ ਰਿਨਿਊਬਲ ਸਟਰੀਮ, ਇਹੋ ਜਿਹੀਆਂ ਸਟਰੀਮਾਂ ਦੇ ਵਿੱਚ ਜਾ ਕੇ ਆਪਦੀ PR ਨੂੰ ਪੱਕਾ ਕਰਿਆ ਜਾਵੇ, ਹੈ ਨਾ। ਅਤੇ ਅੱਗੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਐਂਡ ਤੱਕ ਵੀਡੀਓ ਦੇ ਜੋੜਨ ਨਾਲ, ਤੁਹਾਨੂੰ ਹੋਰ ਮੈਂ ਜਿਹੜੀ ਗੱਲ ਦੱਸਦਾ ਵੀ ਪ੍ਰੋਵਿੰਸ ਦੇ ਵਿੱਚ ਚਲੇ ਗਏ, ਠੀਕ ਆ ਨਾ। ਜਦੋਂ ਤੁਸੀਂ ਇੱਕ ਵਾਰ ਪ੍ਰੋਵਿੰਸ ਦੇ ਵਿੱਚ ਚਲੇ ਗਏ, ਉਦੋਂ ਬਾਅਦ 'ਚ ਤੁਸੀਂ ਕੀ ਕਰਨਾ, ਇਹਦੇ ਵਿੱਚ ਤੁਸੀਂ ਕਰਨਾ ਗਾ ਵੀ ਉੱਥੇ ਵੀ ਤੁਹਾਨੂੰ ਬਥੇਰੇ ਲਟੇਰੇ ਮਿਲਣੇ ਨੇ ਜਿਹੜੇ ਤੁਹਾਨੂੰ LMI ਵੇਚਣਗੇ। ਉਹ ਕਿਵੇਂ ਵੇਚਣਗੇ, ਉਹਨਾਂ ਨੇ ਜਾ ਕੇ ਤੁਹਾਡਾ ਵਰਕ ਪਰਮਿਟ, ਕੋਸ਼ਿਸ਼ ਕਰਨੀ ਹੈ ਵੀ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਜਾਵੇ, ਸਹੀ ਹੈ ਨਾ। ਜਦੋਂ ਉਹਨਾਂ ਨੇ ਤੁਹਾਡਾ ਵਰਕ ਪਰਮਿਟ ਦੇਖਣਾ ਵੀ ਇਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਵੇ, ਉਹਨਾਂ ਨੇ ਕੀ ਕਰਨਾ, ਤੁਹਾਨੂੰ ਲਾਰਾ ਲਾਉਣਾ, ਉੱਥੋਂ ਦੀ ਇੱਕ ਐਂਡੋਰਸਮੈਂਟ ਲੈਟਰ ਹੁੰਦੀ ਆ, ਜਾਂ ਅਲੱਗ ਅਲੱਗ ਜਿਵੇਂ ਮੰਨ ਲਓ ਪ੍ਰੋਵਿੰਸ 'ਚ ਅਲੱਗ ਅਲੱਗ ਲੈਟਰ ਇੰਪਲਾਇਰ ਦੁਆਰਾ ਦੇਈ ਜਾਂਦੀ ਆ, ਜਿਹਦੇ ਨਾਲ ਉਹ ਤੁਸੀਂ PR ਦੇ ਰਸਤੇ 'ਤੇ ਪੈਂਦੇ ਹੋ। ਉਹਨਾਂ ਨੇ ਉਹ ਲੈਟਰ ਤੁਹਾਡੀ ਲੇਟ ਕਰਨੀ ਆ, ਜਦੋਂ ਉਹਨਾਂ ਨੇ ਉਹ ਲੈਟਰ ਤੁਹਾਡੀ ਲੇਟ ਕਰਨੀ ਆ, ਉਹਦੇ ਨਾਲ ਕੀ ਹੋਣਾ, ਤੁਹਾਡਾ ਵਰਕ ਪਰਮਿਟ ਮੁੱਕਦਾ ਮੁੱਕ ਜਾਣਾ ਇੱਕ ਦਿਨ। ਉਹ ਫਿਰ ਤੁਹਾਨੂੰ ਕੀ ਮਜਬੂਰ ਕਰਦੇ ਆ ਵੀ ਹੁਣ ਤੁਸੀਂ ਸਾਡੇ ਕੋਲੋਂ LMI ਲਵੋ। ਜਦੋਂ ਤੁਸੀਂ ਉਹਨਾਂ ਕੋਲੋਂ LMI ਲਵੋਗੇ, ਉਹ ਪਤਾ ਹੀ ਆ ਵੀ ਤੁਹਾਨੂੰ ਉਹਨਾਂ ਨੇ ਆਪਦੇ ਕੋਲੋਂ ਮਹਿੰਗੀ ਹੁੰਦੀ ਆ, ਕੋਈ 20-25 ਹਜ਼ਾਰ ਡਾਲਰ ਜਾਂ 24-25 ਹਜ਼ਾਰ ਡਾਲਰ, ਕਈ ਤਾਂ 50-50 ਹਜ਼ਾਰ ਡਾਲਰ ਦੀ ਵੀ ਇਹ ਵੇਚਦੇ ਨੇ, ਹੈ ਨਾ। ਉਹਨਾਂ ਨੇ ਕੀ ਕਰਨਾ ਵੀ ਤੁਹਾਡਾ, ਕੋਸ਼ਿਸ਼ ਕਰਦੇ ਆ ਵੀ ਤੁਹਾਡਾ ਵਰਕ ਪਰਮਿਟ ਤੁਹਾਨੂੰ ਲਾਈਫ 'ਚ ਇੱਕ ਵਾਰੀ ਮਿਲਦਾ ਕੈਨੇਡਾ ਦਾ, ਅਤੇ ਉਦੋਂ ਬਾਅਦ 'ਚ ਕਦੇ ਨਹੀਂ ਮਿਲਦਾ। ਜਿੰਨੀਆਂ ਮਰਜ਼ੀ ਹੋਰ ਸਟੱਡੀਆਂ ਕਰੀ ਜਾਓ, ਕੁਛ ਮਰਜ਼ੀ ਕਰੀ ਜਾਓ, ਉਹ ਸਿਰਫ ਇੱਕ ਵਾਰੀ ਹੀ ਮਿਲਣਾ ਤੁਹਾਨੂੰ ਲਾਈਫ ਟਾਈਮ ਦੇ ਵਿੱਚ। ਇਸ ਕਰਕੇ ਤੁਸੀਂ ਕੋਸ਼ਿਸ਼ ਇਹ ਕਰਨੀ ਆ ਵੀ ਉਹੀ, ਮੰਨ ਲਓ ਜੇ ਤੁਹਾਡਾ 3 ਸਾਲ ਦਾ ਤਾਂ ਉਹ 3 ਸਾਲ ਦੇ ਵਿੱਚ ਹੀ PR ਹੋਣਾ, ਜੇ ਤੁਹਾਡਾ 2 ਸਾਲ ਦਾ ਤਾਂ 2 ਸਾਲ ਦੇ ਵਿੱਚ ਹੀ PR ਹੋਣਾ, ਜੇ 1 ਸਾਲ ਦਾ ਤਾਂ 1 ਸਾਲ ਦੇ ਵਿੱਚ ਹੀ PR ਦੇ ਰਾਹ ਪੈਣਾ। ਉਹਦੇ ਨਾਲ ਐਂ ਹੁੰਦਾ ਜੇ ਤੁਹਾਡਾ ਉਹ ਐਕਸਪਾਇਰ ਹੋ ਗਿਆ, ਫਿਰ ਤੁਹਾਨੂੰ ਮਜਬੂਰਨ LMI ਲੈਣੀ ਪੈਣੀ ਆ, ਅਤੇ ਫਿਰ ਤੁਸੀਂ ਉਹ LMI ਨੂੰ ਭਰਦੇ 2-3 ਸਾਲ ਤੁਸੀਂ ਆਪਦੇ ਹੋਰ ਐਕਸਟਰਾ 5 ਸਾਲ ਤਾਂ ਉਹੀ ਬੰਦੇ ਦੇ ਖਰਾਬ ਹੋਏ ਹੁੰਦੇ ਆ, ਅਤੇ 3 ਸਾਲ ਹੋਰ ਖਰਾਬ ਹੋ ਜਾਂਦੇ ਨੇ ਇਹ LMI ਭਰਦੇ, ਕਿਉਂਕਿ ਤੁਸੀਂ ਉਸ LMI ਲਈ ਕੰਮ ਕਰਦੇ ਹੋ। ਫਿਰ ਨਾ ਤੁਹਾਡਾ ਲਾਈਫ ਸਟਾਈਲ ਸਹੀ ਹੋਣਾ, ਨਾ ਤੁਹਾਡੀ ਲਾਈਫ ਸਟਾਈਲ 'ਚ ਕੋਈ ਬਦਲਾਵ ਆਉਣਾ, ਅਤੇ ਨਾ ਹੀ ਤੁਸੀਂ ਕੁਛ ਪੈਸਾ ਜੋੜ ਪਾਉਣਾ। ਇਸ ਕਰਕੇ ਕੋਸ਼ਿਸ਼ ਕਰੋ ਵੀ LMI ਵਾਲੇ ਚੱਕਰ 'ਚ ਤੁਸੀਂ ਬਚੇ ਰਹੋ। ਇਹ LMI ਜ਼ਿਆਦਾਤਰ ਟੂਰਿਸਟਾਂ ਨੂੰ ਵੇਚੀਆਂ ਜਾਂਦੀਆਂ ਨੇ। LMI ਉਹਨਾਂ ਵਾਸਤੇ ਤਾਂ ਚਲੋ ਮੰਨ ਲਓ, ਤਾਂ ਉਹਨਾਂ ਦੀ ਮਰਜ਼ੀ ਹੈ ਲੈਣੀ ਨਾ ਲੈਣੀ, ਪਰ ਜਦੋਂ ਤੁਸੀਂ ਸਟੂਡੈਂਟ ਆ ਗਏ, ਪਲੱਸ ਟੂ ਵਾਲੇ ਸਟੂਡੈਂਟਾਂ ਵਾਸਤੇ ਖਾਸ ਕਰਕੇ ਵੀਡੀਓ ਆ ਵੀ ਤੁਸੀਂ ਪ੍ਰੋਵਿੰਸ 'ਚ ਮੂਵ ਹੋਵੋ
ਤੇ ਉੱਥੇ ਜਾ ਕੇ ਕੋਸ਼ਿਸ਼ ਕਰੋ ਵੀ ਤੁਸੀਂ ਆਪਦਾ ਵਰਕ ਪਰਮਿਟ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਆਪਦੀ ਪੀਆਰ ਵਾਲਾ ਜਗਾੜ ਕਰ ਲਓ। ਜੇ ਤੁਸੀਂ ਨਹੀਂ ਕਰੋਗੇ ਤਾਂ ਉਹਦੇ ਨਾਲ ਤੁਹਾਨੂੰ ਐਲ ਐਮ ਆਈ ਵਾਲੇ ਚੱਕਰ 'ਚ ਇਹਨਾਂ ਨੇ ਫਸਾ ਲੈਣਾ। ਤਾਂ ਕਰਕੇ ਐਲ ਐਮ ਆਈ ਤੁਹਾਨੂੰ ਇਹਦੀ ਕੋਈ ਲੋੜ ਨਹੀਂ। ਆਪਦਾ ਤੁਸੀਂ ਪ੍ਰੋਵਿੰਸ ਮੂਵ ਕਰੋ, ਇੱਕ ਥਾਂ 'ਤੇ ਨਾ ਬੈਠ ਰਹੋ। ਜੇ ਤੁਸੀਂ ਬੀ ਸੀ, ਪਹਿਲੀ ਗੱਲ ਤਾਂ ਤੁਹਾਨੂੰ ਬੀ ਸੀ ਅਤੇ ਆਪਣੇ ਅੰਟਾਰੀਓ ਦੇ ਵਿੱਚ ਆਉਣਾ ਹੀ ਨਹੀਂ ਚਾਹੀਦਾ, ਜਦਕਿ ਉਹ ਤੁਹਾਡੇ ਤੋਂ ਫੀਸਾਂ ਲੈ ਲੈਂਦੇ ਨੇ ਪਰ ਤੁਹਾਨੂੰ ਪੀ ਆਰ ਤਾਂ ਦਿੰਦੇ ਨਹੀਂ। ਇਸ ਕਰਕੇ ਤੁਸੀਂ ਸ਼ੁਰੂ 'ਚ ਹੀ ਆਓ ਹੀ ਇਹੋ ਜਿਹੀਆਂ ਪ੍ਰੋਵਿੰਸਾਂ 'ਚ। ਮੰਨ ਲਓ ਵੀ ਤੁਸੀਂ ਆਓ ਨੋਵਾ ਸਕੋਸ਼ੀਆ, ਨਿਊ ਬ੍ਰਾਉਨਸਵਿਕ ਅਤੇ ਆਪਣਾ ਅਲਬਰਟਾ, ਸਹੀ ਆ, ਇਹੋ ਜਿਹੀਆਂ ਪ੍ਰੋਵਿੰਸਾਂ ਦੇ ਵਿੱਚ ਆਓ ਜਿੱਥੇ ਤੁਹਾਡਾ ਪੀ ਆਰ ਦਾ ਰਸਤਾ ਬਹੁਤ ਸੌਖਾ ਗਾ। ਮੰਨ ਲਓ ਵੀ ਉੱਥੇ ਤੁਸੀਂ ਪੀ ਆਰ ਪੜ੍ਹਦੇ ਸਾਰ ਹੀ ਤੁਹਾਨੂੰ ਵਰਕ ਪਰਮਿਟ ਮਿਲਣਾ, ਉਦੋਂ ਬਾਅਦ 6 ਮਹੀਨੇ ਤੁਸੀਂ ਸਾਰਾ ਕੰਮ ਕਰਨਾ ਹੁੰਦਾ ਤਾਂ ਤੁਸੀਂ ਪੀ ਆਰ ਕਰ ਲੈ ਲੈਂਦੇ, ਉੱਥੋਂ ਦੀ ਪੀ ਐਨ ਪੀ ਤੁਸੀਂ ਅਪਲਾਈ ਕਰਨ ਦੇ ਕਾਬਲ ਹੋ ਜਾਂਦੇ ਹੋ। ਇਸ ਕਰਕੇ ਤੁਸੀਂ ਉਹਨਾਂ ਨੂੰ ਫੀਸਾਂ ਕਿਉਂ ਦੇਣੀਆਂ, ਬ੍ਰੈਂਪਟਨ ਵਾਲਿਆਂ ਨੂੰ, ਸੋਰੀ ਆਪਣੇ ਅੰਟਾਰੀਓ ਵਾਲਿਆਂ ਨੂੰ ਅਤੇ ਆਪਣੇ ਬੀ ਸੀ ਵਾਲਿਆਂ ਨੂੰ, ਕਿਉਂਕਿ ਉਹਨਾਂ ਨੇ ਤੁਹਾਨੂੰ ਪੀ ਆਰ ਤਾਂ ਦੇਣੀ ਨਹੀਂ। ਇਸ ਕਰਕੇ ਉੱਥੋਂ ਹੀ ਪਲਾਨ ਬਣਾ ਕੇ ਕੀ ਆਉਣਾ ਤੁਸੀਂ ਇਹਨਾਂ ਪ੍ਰੋਵਿੰਸਾਂ ਨੂੰ ਟਾਰਗੇਟ ਕਰਨਾ ਜਿਹੜੀਆਂ ਕਿ ਤੁਹਾਨੂੰ ਪੀ ਐਨ ਪੀ ਦੇ ਰਹੀਆਂ ਨੇ। ਇੱਕ ਪ੍ਰਿੰਸ ਐਡਵਰਡ ਆਈਲੈਂਡ ਵੀ ਆ ਜਿਹੜਾ ਕਿ ਤੁਹਾਨੂੰ ਆਪਣਾ ਪੀ ਐਨ ਪੀ ਦਿੰਦਾ ਗਾ। ਇਹਨਾਂ ਦਾ ਇੱਕ ਹੀ ਪ੍ਰੋਬਲਮ ਆ ਬਸ ਇਹਨਾਂ ਪ੍ਰੋਵਿੰਸਾਂ ਦੇ ਵਿੱਚ ਵੀ ਇੱਥੇ ਤੁਹਾਨੂੰ ਜੋਬ ਲੱਭਣੀ ਆਪ ਪੈਣੀ ਆ। ਜਦੋਂ ਤੁਸੀਂ ਆਪ ਜੋਬ ਲੱਭਣੀ ਆ ਉਹਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਮਿਹਨਤ ਤੁਹਾਨੂੰ ਕਰਨੀ ਪੈਣੀ ਆ, ਅਤੇ ਉਹਦੇ ਨਾਲ ਕੀ ਹੋਊਗਾ ਵੀ ਤੁਸੀਂ ਜੋਬ ਤਾਂ ਲੱਭ ਲਉਂਗੇ ਪਰ ਥੋੜ੍ਹਾ ਜਿਹਾ ਟਾਈਮ ਲੱਗੂਗਾ, ਪਰ ਤੁਸੀਂ ਇੰਨਾ ਵੀ ਉਹਦੇ 'ਚ ਔਖਾ ਕੰਮ ਨਹੀਂ ਹੈਗਾ, ਤੁਸੀਂ ਲੱਭ ਸਕਦੇ ਹੋ। ਅਤੇ ਇੱਕ ਹੋਰ ਪ੍ਰੋਬਲਮ ਆ ਜਿਹੜੇ ਇੰਡੀਆ ਤੋਂ ਇਕੱਲੀਆਂ ਕਹਿ ਦਿੰਦੇ ਆ ਵੀ ਅਸੀਂ ਤਾਂ ਫੀਸਾਂ ਇੱਥੇ ਆ ਕੇ ਭਰਨੀਆਂ ਨੇ, ਅਤੇ ਉਹਨਾਂ ਨੇ ਵੀ ਕਿਤੇ ਇਹ ਮਾੜਾ ਜਿਹਾ ਪੁਆਇੰਟ ਗਲਤ ਹੋ ਜਾਂਦਾ, ਕਿਉਂਕਿ ਇੱਥੇ ਆ ਕੇ ਅੰਟਾਰੀਓ ਜਾਂ ਬੀ ਸੀ ਜਿੰਨੇ ਪੈਸੇ ਤੁਹਾਡੇ ਨਹੀਂ ਬਣਦੇ। ਕਿਉਂ ਨਹੀਂ ਬਣਦੇ? ਕਿਉਂਕਿ ਇੱਥੇ ਕੰਮ ਵੀ ਲਿਮਿਟਡ ਹੁੰਦਾ, ਬਾਕੀ ਹੋਰ ਵੀ ਪਾਪੂਲੇਸ਼ਨ ਵੀ ਘੱਟ ਹੁੰਦੀ ਹੈ, ਇਸ ਕਰਕੇ ਬਿਜ਼ਨਸ ਵੀ ਘੱਟ ਹੁੰਦੇ ਨੇ। ਬਿਜ਼ਨਸ ਘੱਟ ਹੋਣ ਕਰਕੇ ਤੁਹਾਨੂੰ ਇੱਥੇ ਪੈਸੇ ਥੋੜ੍ਹੇ ਘੱਟ ਬਣਨਗੇ, ਇਸ ਕਰਕੇ ਫੀਸਾਂ ਭਰਨ 'ਚ ਥੋੜ੍ਹਾ ਜਿਹਾ ਔਖਾ ਹੋ ਸਕਦਾ ਵੀ। ਇਸ ਕਰਕੇ ਥੋੜ੍ਹਾ ਜਿਹਾ ਇੰਡੀਆ 'ਚ ਹੀ ਆਪਦਾ ਬੈਕਅਪ ਰੱਖ ਕੇ ਆਇਓ ਪੈਸਿਆਂ ਦਾ, ਹੈ ਨਾ, ਵੀ ਐਵੇਂ ਨਾ ਕਰਿਓ ਵੀ ਅਸੀਂ ਤਾਂ ਉੱਥੇ ਜਾ ਕੇ ਫੀਸ ਭਰਨੀ ਹੈ ਡੈਡੀ ਤੋਂ ਜਾਂ ਮੰਮੀ ਤੋਂ, ਹੋਰ ਨਹੀਂ ਕੁਛ ਮੰਗਾਉਣਾ। ਅਤੇ ਘਰਦਿਆਂ ਨੂੰ ਵੀ ਇਹ ਅਪੀਲ ਆ ਵੀ ਤੁਸੀਂ ਆਪਦੇ ਜੇ ਇੱਥੇ ਬੱਚਾ ਭੇਜਣਾ ਤਾਂ ਥੋੜ੍ਹੇ ਜਿਹੇ ਪੈਸੇ 5 ਤੋਂ 6 ਲੱਖ ਜਾਂ ਐਕਸਟਰਾ ਆਪਦੇ ਕੋਲ ਰੱਖੋ, ਅਤੇ ਜਾਂ ਉਹਦੀ ਪੀ ਆਰ ਇੱਥੇ ਸੌਖੀ ਹੋ ਜਾਵੇ, ਕਿਉਂਕਿ ਉਹ ਕਦੇ ਕਦੇ ਉਹਨੂੰ ਇੱਥੋਂ ਤੁਹਾਨੂੰ ਤੋਂ ਫੀਸ ਮੰਗਵਾਉਣੀ ਵੀ ਪੈ ਸਕਦੀ ਆ। ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਜੇ ਵੀਡੀਓ 'ਚ ਤੁਹਾਨੂੰ ਸਿੱਖਣ ਨੂੰ ਮਿਲਿਆ ਕੁਛ ਤਾਂ ਇਹਨੂੰ ਜ਼ਰੂਰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਮੈਂ ਇਹੋ ਜਿਹੀ ਜਾਣਕਾਰੀਆਂ ਵਾਲੀਆਂ ਵੀਡੀਓ ਤੁਹਾਨੂੰ ਹੋਰ ਪਾਉਂਦਾ ਰਹੂੰਗਾ ਅਤੇ ਤੁਹਾਡੇ ਪੈਸੇ ਬਚਾਉਂਦਾ ਰਹੂੰਗਾ ਅਤੇ ਤੁਹਾਡੀ ਪੀ ਆਰ ਦਾ ਰਾਹ ਵੀ ਸੌਖਾ ਕਰਨ 'ਚ ਆਪਾਂ ਹੈਲਪ ਕਰਾਂਗੇ, ਕਿਉਂਕਿ ਅਸੀਂ ਇਹ ਖੁਦ ਆਪਦੀ ਹੱਡੀ ਬਤਾਈਆਂ ਹੋਈਆਂ ਚੀਜ਼ਾਂ ਤੁਹਾਨੂੰ ਦੱਸ ਰਹੇ ਹਾਂ। ਚਲੋ ਚੰਗਾ ਜੀ, ਬਾਏ, ਸਤਿ ਸ਼੍ਰੀ ਅਕਾਲ।